ਇਕੱਲਾ ਟਿੱਕਾ ਲਗਾਉਣ ਨਾਲ ਨਹੀਂ ਪੈਸੇ ਕਮਾਏ ਜਾਣੇ, ਪੈਸੇ ਕਮਾਉਣ ਲਈ ਪੜ੍ਹਨਾ ਵੀ ਪਊਗਾ। ਤਾਂ ਦੇਰ ਕਿਸ ਗੱਲ ਦੀ, ਚਲੋ ਕੁਆਡਰੈਟਿਕ ਇਕੁਏਸ਼ਨ ਦੇ ਰੂਟਸ ਕੱਢੀਏ। ਦੋ ਘਾਤੀ ਸਮੀਕਰਨ ਕੁਆਡਰੈਟਿਕ ਇਕੁਏਸ਼ਨ ਐਕਸਰਸਾਈਜ਼ ਨੰਬਰ 4.1। ਸਵਾਲ ਕਰਨਾ ਕੀ ਹੈ ਕੁਐਸਚਨ, ਕਿ ਦੋ ਘਾਤੀ ਸਮੀਕਰਨ ਦੇ ਜੇਕਰ ਮੂਲ ਸੰਭਵ ਹੋਣ ਤਾਂ ਪਤਾ ਕਰੋ, ਮਤਲਬ ਫਾਈਂਡ ਰੂਟਸ ਆਫ ਇਕੁਏਸ਼ਨ, ਮਤਲਬ ਕਿ ਆਪਾਂ ਇਸ ਕੁਆਡਰੈਟਿਕ ਇਕੁਏਸ਼ਨ ਦੇ ਰੂਟਸ ਪਤਾ ਕਰੀਏ। ਪਹਿਲਾਂ ਆਪਾਂ ਕੀਤਾ ਸੀ ਮੂਲਾਂ ਦੀ ਪ੍ਰਕਿਰਤੀ, ਕੀਤਾ ਸੀ ਨਾ ਮੂਲਾਂ ਦੀ ਪ੍ਰਕਿਰਤੀ, ਉਸ ਤੋਂ ਅੱਗੇ ਹੀ ਕਰਨੇ ਆ ਆਪਾਂ ਮੂਲਾਂ ਦੀ ਨੇਚਰ, ਦੇਖ ਲਈ ਕਿ ਕਿੱਦਾਂ ਦੇ ਸੁਭਾਅ ਦੇ ਆ, ਪਰ ਹੁਣ ਉਹ ਹੈ ਕਿਹੜੇ ਕਿਹੜੇ ਇਹ ਪਤਾ ਕਰਨੇ। ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਡਿਸਕ੍ਰਿਮੀਨੈਂਟ ਕੱਢਣਾ, ਕੀ ਕੱਢਣਾ, ਹੁਣ ਆ ਰਕਮ ਹੈ ਆਪਣਾ 2x² ਮਾਈਨਸ 5x ਪਲੱਸ 3 ਬਰਾਬਰ 0। ਡਿਸਕ੍ਰਿਮੀਨੈਂਟ ਕੱਢਣਾ ਹੈ ਡੀ ਬਰਾਬਰ ਫਾਰਮੂਲਾ ਕੀ ਹੈ, ਠੀਕ ਹੈ, ਡੀ ਦੀ ਘਾਤ 2 ਮਾਈਨਸ 4 ਏ। ਹੁਣ ਇਹਦੇ ਚ ਏ ਬੀ ਸੀ ਵਰਤੇ ਨਾ, ਤਾਂ ਪਹਿਲਾਂ ਇੱਥੇ ਏ ਲਿਖ ਲਈਏ, ਹਾਂ ਕੀ ਹੈ ਏ, ਹਾਂ ਘਾਤ 2 ਵਾਲੇ ਕਿੰਨਾ ਜਵਾਬ ਹੋਊਗਾ 2। ਉਸ ਤੋਂ ਬਾਅਦ ਬੀ ਦਾ ਮੁੱਲ ਕਿੰਨਾ ਹੈ ਐਕਸ ਦੇ ਨਾਲ ਵਾਲੀ ਰਕਮ ਮਾਈਨਸ 5, ਮਾਈਨਸ ਨਾਲ ਜ਼ਰੂਰ ਲੈਣਾ। ਸੀ ਦਾ ਮੁੱਲ 0 ਨਹੀਂ 3 ਬਿਨਾਂ ਐਕਸ ਵਾਲੀ ਰਕਮ, ਜੇ ਆ ਨਾ ਹੁੰਦਾ 3 ਫੇਰ ਆਪਾਂ ਕੀ ਲੈਣਾ ਸੀ 0, ਪਰ ਹੁਣ ਤਾਂ ਬਿਨਾਂ ਐਕਸ ਵਾਲੀ ਰਕਮ ਨੰਬਰ ਲਿਖਿਆ ਨਾ 3, ਤਾਂ 3 ਲੈਣਾ। ਹੁਣ ਏ ਬੀ ਸੀ ਕੱਢ ਲੈ, ਡੀ ਦਾ ਮੁੱਲ ਭਰਨ ਲੱਗੀ ਹੈ, ਬੀ ਦੀ ਜਗ੍ਹਾ ਕਿੰਨਾ ਭਰਨਾ ਮਾਈਨਸ 5 ਬਰੈਕਟ ਦੀ ਘਾਤ 2 ਮਾਈਨਸ 4 ਗੁਣਾ ਏ ਦਾ ਮੁੱਲ 2 ਗੁਣਾ ਸੀ ਦਾ ਮੁੱਲ 3 ਹੁਣ ਗੁਣਾ ਮਾਈਨਸ 5 ਨੂੰ ਕਿੰਨੀ ਵਾਰ ਲਿਖਣਾ, 5 × 5 ਮਾਈਨਸ ਮਾਈਨਸ ਇਕੱਲਾ 25 ਆਵੇ। ਵੈਸੇ ਵੀ ਯਾਦ ਰੱਖੋ ਘਾਤ 2 ਚ ਹਮੇਸ਼ਾ ਪਲੱਸ ਦਾ ਨਿਸ਼ਾਨ ਹੀ ਆਊਗਾ, ਕਿਉਂਕਿ ਮਾਈਨਸ ਮਾਈਨਸ ਹਮੇਸ਼ਾ ਕੀ ਹੋ ਜਾਣਗੇ ਪਲੱਸ। ਤੁਸੀਂ ਬੱਚੇ ਸੋਲਵ ਕਰਨ ਲੱਗੇ ਕਈ ਵਾਰ ਅੱਗੇ ਮਾਈਨਸ 25 ਜਾਂ ਮਾਈਨਸ 36 ਲਾ ਦਿੰਦੇ ਹੋ, ਘਾਤ 2 ਵੇਲੇ ਹਮੇਸ਼ਾ ਪਲੱਸ ਹੀ ਰਹਿਣਾ ਅੱਗੇ। ਮਾਈਨਸ 4 ਦੂਣੀ 8, 8 ਦੀ ਆ 24, ਹੁਣ 25 ਤੋਂ 24 ਕੀ ਕਰੇ, ਮਾਈਨਸ ਮਾਈਨਸ ਦਾ ਜਵਾਬ ਕਿੰਨਾ ਆ ਗਿਆ, ਡਿਸਕ੍ਰਿਮੀਨੈਂਟ ਆ ਗਿਆ ਆਪਣਾ 1। 1 ਤੱਕ ਸਮਝ ਲੱਗਦਾ ਹੈਗਾ ਐਕਸ ਬਰਾਬਰ ਮਾਈਨਸ ਬੀ ਪਲੱਸ ਮਾਈਨਸ, ਦੋ ਸਾਈਨ ਇਕੱਠੇ ਪਾਉਣੇ ਆ ਪਲੱਸ ਤੇ ਮਾਈਨਸ, ਵਰਗਮੂਲ ਸਕੇਅਰ ਰੂਟ ਦੇ ਅੰਦਰ ਡੀ ਵਟੇ 2 ਏ। ਹੁਣ ਇਸ ਫਾਰਮੂਲੇ ਨੂੰ ਮੈਂ ਥੋੜ੍ਹਾ ਜਿਹਾ ਸਮਝਾ ਦਾਂ, ਬੀ ਹੈ, ਬੀ ਦੇ ਅੱਗੇ ਨਿਸ਼ਾਨ ਕਿਹੜਾ ਮਾਈਨਸ, ਆ ਪਲੱਸ ਤੇ ਮਾਈਨਸ ਦੋ ਸਾਈਨ ਇਕੱਠੇ ਹੀ ਹੈ, ਚਾਹੇ ਤੁਸੀਂ ਮਾਈਨਸ ਉੱਪਰ ਪਾ ਲਓ ਕੋਈ ਗੱਲ ਨਹੀਂ। ਕਈ ਬੁੱਕਸ ਚ ਜਾਂ ਕਈ ਜਿਹੜੇ ਬੱਚੇ ਟਿਊਸ਼ਨ ਲੈਂਦੇ ਹੋ ਉੱਥੇ ਮਾਈਨਸ ਉੱਪਰ ਪਵਾ ਲੈਂਦੇ, ਕਈ ਥੱਲੇ ਪਾਉਂਦੇ, ਕੋਈ ਗੱਲ ਨਹੀਂ। ਤੇ ਆ ਸਕੇਅਰ ਰੂਟ ਵਰਗਮੂਲ ਦਾ ਨਿਸ਼ਾਨ ਹੈ, ਉਹਦੇ ਅੰਦਰ ਕੀ ਲਿਖਿਆ ਡੀ, ਡੀ ਮਤਲਬ ਡਿਸਕ੍ਰਿਮੀਨੈਂਟ। ਜੇ ਤੁਸੀਂ ਬੁੱਕ ਚ ਦੇਖੋਗੇ, ਬੁੱਕ ਚ ਉਹ ਡੀ ਦੀ ਜਗ੍ਹਾ ਡੀ ਦਾ ਫਾਰਮੂਲਾ ਲਿਖਦੇ ਆ ਬੀ ਸਕੇਅਰ ਮਾਈਨਸ 4ac, ਪਰ ਆਪਾਂ ਇੱਥੇ ਦੁਬਾਰ ਤੋਂ ਨਹੀਂ ਕੱਢਣਾ, ਆਪਾਂ ਡਿਸਕ੍ਰਿਮੀਨੈਂਟ ਦਾ ਉਹਨੇ ਮੁੱਲ ਕੱਢੇ ਆ ਨਾ ਕਿੰਨਾ ਆਇਆ ਸੀ ਆਪਣਾ 1, ਸਿੱਧਾ ਇੱਥੇ ਭਰ ਦੇ। ਚਾਹੇ ਐਵੇਂ ਲਿਖ ਲਓ ਚਾਹੇ ਇਕੱਲਾ ਡੀ ਲਿਖ ਲਓ, ਇੱਕੋ ਹੀ ਗੱਲ ਹੈ, ਕੋਈ ਗਲਤ ਨਹੀਂ ਕਰੋ, ਵਟੇ 2 ਏ। ਹੁਣ ਫਾਰਮੂਲਾ ਯਾਦ ਸੀ ਲਿਖ ਲਿਆ, ਕਰਨਾ ਕੀ ਹੈ,
ਏ ਬੀ ਸੀ ਦੇ ਮੁੱਲ ਭਰਨੇ। ਆਪਾਂ ਇੱਕ ਵਾਰੀ ਇੱਥੇ ਫਿਰ ਲਿਖੀਏ, ਏ ਆਪਣਾ ਸੀਗਾ 2, ਬੀ ਹੈਗਾ ਮਾਈਨਸ 5, ਸੀ ਹੈਗਾ 3.5 ਸੀ। ਉਵੇਂ ਹੀ ਮੈਂ ਦੇਖੋ ਸਿਰਫ ਆਹ ਚੀਜ਼ ਮੈਂ ਆਪਣੇ ਦਿਮਾਗ ਚ ਯਾਦ ਰੱਖੀ, ਬਾਕੀ ਦਾ ਸਿਰਫ ਮੈਂ ਹੁਣ ਦੇਖ ਦੇਖਦੇ ਹੀ ਲਿਖਣਾ। ਪਹਿਲਾਂ ਸ਼ੁਰੂ ਕੀਤਾ ਮਾਈਨਸ, ਬੀ ਦੀ ਜਗ੍ਹਾ ਕਿੰਨਾ ਲਿਖਣਾ, ਇੱਕ ਮਾਈਨਸ ਫਾਰਮੂਲੇ ਚ ਹੈ, ਇੱਕ ਬੀ ਦਾ ਮੁੱਲ ਵੀ ਮਾਈਨਸ ਵਾਲਾ ਨਾ, ਤਾਂ ਕਿੰਨੇ ਮਾਈਨਸ ਹੋ ਗਏ, ਤਾਂ ਉਹਨੂੰ ਮੈਂ ਬ੍ਰੈਕਟ ਪਾ ਕੇ ਲਿਖ ਲਈ ਅੱਗੇ ਪਲੱਸ ਤੇ ਮਾਈਨਸ। ਹੁਣ ਇੱਕ ਵਾਰ ਪਲੱਸ ਮਾਈਨਸ ਕਿਉਂ ਇਕੱਠੇ ਲਿਖੇ ਹੈ, ਸ਼ਾਰਟ ਕੱਟ ਲਈ। ਅੱਗੇ ਮੈਂ ਤੁਹਾਨੂੰ ਦਿਖਾਉਂਗੀ ਕਿ ਇਹਨੂੰ ਆਪਾਂ ਅਲੱਗ ਅਲੱਗ ਕਰ ਦਾਂਗੇ। ਵਰਗਮੂਲ ਦੇ ਅੰਦਰ ਡੀ ਦਾ ਮੁੱਲ ਕਿੰਨਾ ਕੱਟਿਆ, ਵਟੇ 2 ਗੁਣਾ ਏ ਦਾ ਮੁੱਲ ਕਿੰਨਾ, 2, ਕਿੰਨਾ ਹੋ ਗਿਆ 4। ਉਹਨਾਂ ਮਾਈਨਸ ਮਾਈਨਸ 5 ਪਲੱਸ ਮਾਈਨਸ 1 ਦਾ ਵਰਗਮੂਲ, ਵਰਗਮੂਲ ਕੱਢਣਾ ਆਂਦਾ, 8ਵੀਂ ਚ ਸਿੱਖਿਆ ਸੀ। ਕੀ ਕਰਦੇ ਹੁੰਦੇ ਆਪਾਂ ਲਘੁੱਤਮ, ਲਘੁੱਤਮ ਤੋਂ ਬਾਅਦ ਕਿੰਨੀਆਂ ਕਿੰਨੀਆਂ ਜੋੜੇ ਬਣਾਉਂਦੇ ਆ, ਹਰ ਜੋੜੇ ਚੋਂ ਕਿੰਨੀ ਰਕਮ ਬਾਹਰ ਕੱਢਣੀ ਆ। ਇਹ ਹੀਰੋ ਦੇ ਸੂਤਰ ਚ ਵੀ 9ਵੀਂ ਕੀਤਾ ਸੀ ਨਾ, ਉਹੀ ਹੈ। ਹੁਣ ਇੱਥੇ 1 ਦਾ ਵਰਗਮੂਲ ਹਮੇਸ਼ਾ ਕਿੰਨਾ ਹੁੰਦਾ, 1, ਕਿਉਂਕਿ 1 ਨੂੰ ਤਾਂ ਜਿੰਨੀ ਵਾਰ ਮਰਜ਼ੀ ਲਿਖੀ ਚੱਲੋ, ਤਾਂ 1 ਦਾ ਵਰਗਮੂਲ 1 ਵਟੇ 4। ਹੁਣ ਦੇਖੋ ਇੱਥੇ ਪਲੱਸ ਮਾਈਨਸ 2 ਹੈ ਨਾ, ਹੁਣ ਇਸ ਪੂਰੀ ਰਕਮ ਨੂੰ ਆਪਾਂ 1 ਵਾਰ ਪਲੱਸ ਦੇ ਸਾਈਨ ਨਾਲ ਲਿਖ ਲਾਂਗੇ, 1 ਵਾਰ ਮਾਈਨਸ ਦੇ। ਐਕਸ ਬਰਾਬਰ 5 ਪਲੱਸ 1 ਵਟੇ 4, ਪਹਿਲਾਂ ਪਲੱਸ ਨਾਲ ਸਾਰੀ ਰਕਮ ਲਿਖੀ, ਰਕਮ ਚ ਕੁਛ ਨੀ ਬਦਲਾਵ ਕੀਤਾ, ਗਲਾ ਸਾਈਨ ਪਲੱਸ ਕੀਤਾ, ਕੋਮਾ ਪਾ ਕੇ ਫਿਰ ਮਾਈਨਸ ਨਾਲ ਲਿਖਿਆ। ਹੁਣ ਇਹ ਕਿੰਨਾ ਜਵਾਬ ਆਇਆ, 6/4, ਇੱਧਰ 4/4, ਆ ਵੀ ਜਵਾਬ ਸਹੀ ਹੈ। ਜੇ ਪਹਾੜੀਆਂ ਤੇ ਕੱਟਣਾ ਤੇ 4 ਦੇ ਭੜੇ ਤੇ 4 ਕੱਟਿਆ, ਇਹ ਕਿਹੜੇ ਭੜੇ ਤੇ ਕੱਟਿਆ ਜਾਊਗਾ, 2 × 4, 2 × 6, ਐਕਸਾ ਮੁੱਲ ਕਿੰਨਾ ਆ ਗਿਆ, 3/2, ਕੋਮਾ ਕੇ, ਬਸ ਆ ਜਵਾਬ ਆ ਗਿਆ।